بسم اللہ الرحمن الرحیم، السلام علیکم دوستو، کی حال ہے؟ ٹھیک ہو؟ آلو خیریت ہے؟ اچھا دوستو، آج اسی 6 مہینے بعد پٹا سٹارٹ کرن گئے ہیں، پانی لانا ہے، دیکھنے ہیں سٹارٹ ہونا یا نہیں ہونا۔ 6 مہینے ہو گئے بند پہ۔ ਥੱਲੇ ਬੈਲਟ ਏਡੇ ਰਾਤ ਨੂੰ ਲਾ ਕੇ ਚਲੇ ਜਾਂਦੇ ਹਾਂ, ਕਿਉਂਕਿ ਚੋਰ ਚਾਰ ਬੜੇ ਨੇ ਅਤੇ ਬੈਲਟ ਜਨਾਬ ਫਿਰ ਦੁਬਾਰਾ ਥੱਲੋ ਪੱਖੇ ਨਾਲ ਉਤਲੇ ਪੱਖੇ ਨਾਲ ਅਟੈਚ ਕਰ ਸਾਂ ਅਤੇ ਦੇਖਦੇ ਹਾਂ ਤਾਂ ਕੁਰਬਾਨ ਸੇਠ ਕੁਰਬਾਨ ਥੱਲੇ ਰਹਿਣ ਗਏ ਹੈ। ਇਹ ਜਨਾਬ ਉਹ ਥੱਲੇ ਰਹਿ ਗਏ ਨੇ, ਥੱਲੇ ਤਕਰੀਬਨ ਹੈ 20 ਫੁੱਟ ਜਿਹੜਾ ਨਾ ਖੂਹ, ਉਸਨੇ ਵੀ ਪੱਖੇ ਦੇ ਨਾਲ ਉਹ ਬੈਲਟ ਲੈ ਕੇ ਉੱਤੇ ਆ ਰਹੇ। ਦੇਖਿਆ ਨਾ ਬੈਲਟ ਥੱਲੇ ਬੈਲਟ ਜਿਹੜਾ ਉਹ ਜਨਾਬ ਬਿਲਕੁਲ ਜਿਹੜਾ ਇਹ ਉਹ ਪਾ ਲਿਆ ਸਾਊਂਡ ਅਪ ਕੇ ਧਿਆਨ ਹੈ। ਇਹ ਕੁਰਬਾਨ ਵਾਲਾ ਨਖੂ ਹੈ, ਪੀਰ ਵਾਲਾ ਨਖੂ, ਅਤੇ ਸਪੀਟਰ ਲਾਇਆ ਹੈ। ਕੁਰਬਾਨ ਸਾਡੇ ਗ੍ਰਾਂ ਮਸ਼ਹੂਰ ਹੈ, ਟਰੈਕਟਰ ਡਰਾਈਵਰ ਵੀ ਹੈ ਜਨਾਬ, ਸਪੀਟਰ ਡਰਾਈਵਰ ਵੀ ਹੈ। ਇਹ ਦੇਖਿਓ ਹੁਣ ਹਫ਼ਤਾ ਲੈ ਕੇ ਕਿ ਹੱਥ ਨਾਲ ਪਟਾ ਲੱਪੀ ਅਸ ਇੱਕ ਹੀ ਹੱਥੇ ਨਾਲ ਜਨਾਬ ਸੀੜੀਆਂ ਚੜ੍ਹ ਰਿਹਾ ਹੈ। ਇਹ ਖੂਨ ਉੱਤੋਂ ਚੜ੍ਹ ਥੱਲੇ ਪੱਖਾ ਲੱਗਿਆ 20 ਫੁੱਟ। ਇਹ ਹੁਣ ਇੱਥੇ ਜੋੜ ਕਰ ਸੀ ਆਪਸ 'ਚ। ਹੁਣ ਇਸਦੇ ਅੰਦਰ ਪਹਿਲਾਂ ਪਾਣੀ ਡਾਲ ਸਾਂ, ਕਿਉਂਕਿ 6 ਮਹੀਨੇ ਫੀਟਰ ਬੰਦ ਰਹੇ ਹੈ, ਪੱਖੇ 'ਚ ਪਾਣੀ ਨਿਕਲ ਜਾਂਦਾ ਹੈ। ਇਸ ਕੀ ਫੁੱਲ ਪਹਿਲਾਂ ਪੈ ਪਾਣੀ ਨੂੰ ਭਰ ਸਕਦਾ ਕਿ ਪਾਣੀ ਪਾਉਣਾ ਹੈ, ਸਟਾਰਟ ਕਰ ਸਾਂ। ਇਨਸ਼ਾਅੱਲਾ ਪਾਣੀ ਜਾ ਰਿਹਾ ਸੀ ਜੋਂਦਰੀ, ਇਹ ਨਿਕਲ ਆਈ ਹੈ, ਮੈਂ ਤੁਹਾਨੂੰ ਦਿਖਾਉਣਾ। ਇਹ ਦੇਖਿਆ ਨਹੀਂ, ਜਿਹੜੇ ਇਸ ਤਰ੍ਹਾਂ ਜੋਂਦਰੀ ਨਿਕਲ ਜਾਵੇ ਨਾ, ਉੱਤੇ ਘਾਹ ਨੇ ਬੀਜ ਸੱਟਣਾ, ਮੈਂ ਤੁਹਾਡੇ ਦੱਸਣਾ। ਬੀ ਨਜ਼ਰ ਆ ਰਹੇ ਨੇ, ਇਹ ਰਿਜਕੇ ਨੇ ਬੀ ਇਹਨਾਂ ਜਗ੍ਹਾ 'ਤੇ ਵੜ ਜਾ ਸੀ। ਇਸ ਤਰ੍ਹਾਂ ਬੀ ਸੱਟ ਕੇ ਉੱਤੋਂ ਪਾਣੀ ਦੇ ਦਿਓ, ਇਸ ਤਰ੍ਹਾਂ ਰਿਜਕੇ ਨੇ ਬੀ ਜਨਾਬ ਜਲਦੀ ਨਿਕਲ ਸੀ ਵੀ ਤਾਂ ਜ਼ਿਆਦਾ ਪੱਠੇ ਜਿਹੜੇ ਜ਼ਬਰਦਸਤ ਪੱਠੇ ਉਸ। ਸਾਡਾ ਖੂਹ ਹੈ, ਪੀਰ ਵਾਲਾ ਨਾ ਖੂਹ, ਤੁਹਾਡੇ ਪੀਟਰ ਨਹੀਂ ਤਸਵੀਰਾਂ ਦਿਖਾਉਣਾ, ਇਨਸ਼ਾਅੱਲਾ ਪੀਟਰ ਨਹੀਂ ਬਣਾਉਣਾ ਵੀਡੀਓ। ਲੇਕਿਨ ਪੀਟਰ ਚੱਲ ਲਵੇ ਫਿਰ ਆਵਾਜ਼ ਬੜੀ ਹੋਵੇ ਸੀ, ਸਮਝ ਨਹੀਂ ਆਉਣਗੀ। ਮੈਂ ਖੈਰ ਪਹਿਲਾਂ ਤੁਹਾਡੇ ਦੱਸ ਛੋੜੋ ਤਰੀਕਾਕਾਰ ਕੱਢਣੇ ਨੇ। ਪਹਿਲਾਂ ਜੋਂਦਰੀ ਕੱਢੋ, 1-2 ਦਿਨ ਛੋੜ ਦਿਓ, ਉਸ ਤੋਂ ਪਿੱਛੇ ਰਿਜਕੇ ਨੇ ਬੀਜ ਸੱਟੋ ਤਾਂ ਪਾਣੀ ਦੇ ਦਿਓ। ਬੀਜ ਸੱਟੇ ਨਾਲ ਰਿਜਕੇ ਨੇ ਪਾਣੀ ਦੇਣਾ, ਕਿਉਂਕਿ ਬੀਜ ਆਉਂਦਾ ਉਹ ਫਿਰ ਕੀੜੇ ਛੀੜੇ ਚਾਕ ਨਾ ਲੈ ਜਾਣ, ਦਸਤੀ ਪਾਣੀ ਦੇਣਾ। ਬਕਾ ਮੈਂ ਤੁਹਾਡੇ ਰਿਜਕੇ ਨੇ ਬੀਜ ਖਾਣਾ, ਇਹ ਬਸ ਥੋੜ੍ਹੀ ਟੀ ਬ੍ਰੇਕ ਵੀ ਇਸ ਟਾਈਮ 'ਤੇ 10 ਵਜੇ ਨੇ, 10 ਵਜੇ ਟਾਈਮ ਹੈ ਤਾਂ ਜਨਾਬ ਟੀ ਬ੍ਰੇਕ ਵੀ ਨਾਲ ਆਉਂਦੀ ਹੈ। ਇਹ ਟੀ ਬ੍ਰੇਕ ਖਾਂਦੇ ਹਾਂ, ਚਾਚੇ ਨੇ ਪੁੱਤਰ ਹੈ ਤਾਂ ਉਹ ਕੋਈ ਨਹੀਂ ਆਇਆ, ਉਸ ਨਿਮਕੋ ਵਗੈਰਾ ਚਾਹੀਆਂ ਤੁਹਾਡੇ ਦਿਖਾ ਦਿੰਦੀ ਹਾਂ। ਇਹ ਜਨਾਬ ਜੋੜ ਗਿਆ, ਚਲਾ ਗਿਆ ਬਿਸਕਟ ਸਿਸ ਉੱਪਰ ਨਿਮਕੋਸ, ਇਹ ਰਿਜਕੇ ਨੇ ਬੀਜ ਹੈ, ਛੋਟਾ ਛੋਟਾ ਬੀਜ ਰਿਜਕੇ ਨੇ। ਇਹ ਨਾ ਰੱਖੀ ਤਾਂ ਹੁਣ ਚਾਹ ਲੈਣ ਗਏ, ਚਾਹ ਲੈ ਕੇ ਉਸ ਤਾਂ ਫਿਰ ਜਨਾਬ ਉਸ ਚਾਹ ਨਾਲ ਜਿਹੜਾ ਇਹ ਜਗ੍ਹਾ ਪੀਰ ਵਾਲਾ ਨਾ ਖੂਹ ਹੈ, ਮਾਸ਼ਾਅੱਲਾ ਬਹੁਤ ਪਿਆਰੀ ਜਗ੍ਹਾ ਹੈ, ਬਹੁਤ ਖੂਬਸੂਰਤ ਜਗ੍ਹਾ ਹੈ। ਇਹ ਸਾਡੀ ਪਿਓ ਦਾਦੇ ਅਤੇ ਜਿਹੜੀ ਹੈ ਨਾ ਇਹ ਉਹ ਜਗ੍ਹਾ ਹੈ।
ਇਹ ਜ਼ਮੀਨ ਤਿਆਰ ਕਰਾਈ ਹੈ ਜੀ। ਇਹ ਜ਼ਮੀਨ ਦੇ ਜਗ੍ਹਾ ਕਰਨਾ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਜ਼ਬਰਦਸਤ ਪਾਣੀ ਲਾਸਾਂ ਹੋਵੇ ਤੁਹਾਡੇ ਕੋਲ, ਇਨਸ਼ਾਅੱਲਾ ਦਿਖਾਉਂਦੇ ਹਾਂ ਪਾਣੀ ਕਿਸ ਤਰ੍ਹਾਂ ਲੱਗਣਾ। ਅਤੇ ਇਹ ਜਗ੍ਹਾ ਮਾਸ਼ਾਅੱਲਾ, ਇਹ 'ਚ ਅੱਜ ਜਿਹੜਾ ਨਾ ਅਸੀਂ ਰਿਜਕਾ ਕੱਟ ਸਾਂ। ਇਸ ਜ਼ਮੀਨ 'ਚ ਪਹਿਲਾਂ ਬਾਜਰਾ ਸੀ, ਬਾਜਰਾ ਕੱਟ ਕੇ ਤਾਂ ਜਨਾਬ ਹੈ ਪੱਠੇ ਵਾਸਤੇ ਜ਼ਮੀਨ ਤਿਆਰ ਕਰਵਾਈ। ਜੌਂਦਰੀ ਦੇਖੀ ਨਹੀਂ, ਜੌਂਦਰੀ ਨੇ ਕਢਾਈ ਥੋੜ੍ਹੀ ਥੋੜ੍ਹੀ।